ਮੇਰੇ ਭਾਈ ਰੋਜ਼ ਮਲੋ ਮਾਤ ਲੈ ਕੇ ਆ ਚਲੇ ਗਏ। ਮੈਂ ਪਾਕਿਸਤਾਨ ਸਾਰਾ ਸਰ ਏਜ ਕਿੰਨੀ ਤੁਹਾਡੀ ਉਮਰ ਕਿੰਨੀ 55 55 ਸਾਲ ਆ। ਡਾਈਟ ਪਲਾਨ ਕੀ ਯਾਨੀ ਖੁਰਾਕ ਦੇ ਵਿੱਚ ਹਜ਼ੂਰ ਕੀ ਇਸਤੇਮਾਲ ਕਰਦੇ ਹੋ? ਦੱਸੋ ਖੁਰਾਕ ਨਾਰਮਲ ਜਿਹੜਾ ਹੈ ਆਮ ਰੂਟੀਨ ਜੋ ਘਰ ਚ ਬੰਦਾ ਜੀ ਜੀ ਸਰ ਜਿਹੜੀਆਂ ਚੀਜ਼ਾਂ ਬਲੱਡ ਦੀ ਸਰਕੂਲੇਸ਼ਨ ਨੂੰ ਹਜ਼ੂਰ ਡਿਸਟਰਬ ਕਰਦੀਆਂ ਚੀਜ਼ਾਂ ਮੁਕੰਮਲ ਤੌਰ ਤੇ ਇਹਨਾਂ ਨੂੰ ਇਸਤੇਮਾਲ ਨਹੀਂ ਕਰਵਾਉਣੀਆਂ। ਪਹਿਲੋਂ ਜਦੋਂ ਕਿਤੇ ਇਹਨਾਂ ਨੂੰ ਮਸਲਾ ਬਣਿਆ ਵਾ, ਪਹਿਲੋਂ ਇਹਨਾਂ ਦਾ ਬਲੱਡ ਠੀਕ ਹੋਇਆ ਯਾਨੀ ਖੂਨ ਗਾੜਾ ਹੋਇਆ ਵਾ, ਬੀਪੀ ਬੜਿਆ ਵਾ, ਓਵਰ ਪ੍ਰੈਸ਼ਰ ਕਰ ਗਿਆ, ਉਹ ਦਿਮਾਗ ਨੂੰ ਪੈ ਗਿਆ, ਸਾਈਡ ਸਟਿਲ ਹੋ ਗਈ, ਇਸ ਤਰ੍ਹਾਂ ਹੀ ਹੋਇਆ ਸਰ। ਜਿਹੜੀ ਚੀਜ਼ ਮਜ਼ੀਦ ਇਹਨੂੰ ਡਿਸਟਰਬ ਕਰਦੀ ਆ ਹਜ਼ੂਰ, ਜਿੱਦਾਂ ਚਿਕਨ ਆ, ਮਟਨ ਆ, ਬੀਫ ਆ, ਰਾਈਸ ਆ, ਜੰਕ ਫੂਡਸ ਵਗੈਰਾ ਮੁਕੰਮਲ ਇਸਤੇਮਾਲ ਨਹੀਂ ਕਰਨੇ, ਜਸਟ ਜਸਟ ਸਿੰਪਲ ਵੈਜੀਟੇਬਲ ਤੇ ਫੋਕਸ ਕਰੋਗੇ ਜਿਤਨੀ ਵੈਜੀਟੇਬਲ ਤੇ ਫੋਕਸ ਕਰਾਉਂਗੇ ਯਾਨੀ ਸਾਦਾ ਸਬਜ਼ੀ ਔਰ ਸਾਦਾ ਖੁਰਾਕ ਐਕਸਟਰਾ ਚੀਜ਼ ਪਰਾਠਾ ਜਾਂ ਸੁੱਕੀ ਰੋਟੀ ਸਰ ਸੁੱਕੀ ਰੋਟੀ ਬਿਹਤਰ ਆ ਪਰਾਠਾ ਦੇ ਨਾਲ ਜੀ ਜੀ ਠੀਕ ਹੈ। ਲੋਕ ਨੂੰ ਦੱਸੋ ਕਿ ਇਹਨਾਂ ਨੂੰ ਮੇਰਾ ਕੰਮ ਚਲਾ ਲੈਣੀ ਸੁਣੇ ਇਹ ਬੇਟੀ ਹੈ ਤੁਹਾਡੇ ਬੇਟੀ ਹੈ ਕਿ ਮੇਰਾ ਥੋੜਾ ਦੇਰ ਹੋ ਰਿਹਾ ਉਹਨਾਂ ਨਾਲ ਹੋ ਰਿਹਾ ਠੀਕ ਅਸੀਂ ਮਾਸ਼ਾਅੱਲਾ।